ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਨੇੜੇ ਤਿੰਨ ਇਲਾਕਿਆਂ ਵਿੱਚ ਅੱਜ ਤੜਕਸਾਰ NIA ਦੀਆਂ ਵੱਖ ਵੱਖ ਟੀਮਾਂ ਨੇ ਰੇਡ ਕੀਤੀ। ਦੱਸਦੇ ਕਸਬਾ ਗੁਮਾਨ ਦੇ ਗੁਰਮੁਖ ਸਿੰਘ ਉਰਫ ਗੋਰਾ ਦੇ ਘਰ ਸਵੇਰੇ 6 ਵਜੇ ਦੇ ਕਰੀਬ ਪਹੁੰਚੀ NIA ਦੀ ਟੀਮ ਵੱਲੋਂ ਸਰਚ ਕਰਦੇ ਹੋਏ ਪੁੱਛਗਿੱਛ ਕੀਤੀ ਗਈ ਤੇ ਦੁਪਹਿਰ ਦੇ ਮੌਕੇ ਤੇ ਰੇਡ ਖਤਮ ਜਿਹੜੀ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਮਾਲਕ ਗੁਰਮੁਖ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਰਿਸ਼ਤੇਦਾਰੀ ਭਾਈ ਅੰਮ੍ਰਿਤਪਾਲ ਸਿੰਘ ਨਾਲ। ਉਹਨਾਂ ਕਿਹਾ ਕਿ ਸਵੇਰੇ ਸਮੇਂ ਟੀਮ ਆਈ ਸੀ ਤੇ ਸਰਚ ਵਾਰੰਟ ਬਾਰੇ ਦੱਸਿਆ ਤੇ ਸਰਚ ਕੀਤੀ ਗਈ ਤੇ ਜਾਂਦੇ ਸਮੇਂ ਟੀਮ ਘਰ ਦੇ 3 ਮੋਬਾਈਲ ਫੋਨ ਨਾਲ ਲੈ ਗਈ ਹੈ ਅਤੇ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ 'ਚ ਪਹੁੰਚਣ ਦੇ ਲਈ ਕਹਿ ਗਈ ਹੈ। ਉਹਨਾਂ ਦੱਸਿਆ ਹੈ ਕਿ ਇਸ ਤੋਂ ਵੱਧ ਹੋਰ ਕੁਝ ਵੀ ਪੁੱਛਗਿੱਛ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਤੇ ਦੂਜੇ ਪਾਸੇ ਮਸ਼ਰਾਵਾਂ ਦੇ ਬਲਜੀਤ ਸਿੰਘ ਦੀ ਵੀ ਭਾਈ ਅੰਮ੍ਰਿਤਪਾਲ ਦੇ ਨਾਲ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ NIA ਦੀ ਟੀਮ ਵੱਲੋਂ ਚੰਡੀਗੜ੍ਹ ਆਉਣ ਦਾ ਟਾਈਮ ਦਿੱਤਾ ਗਿਆ ਹੈ। ਜਦਕਿ ਤੀਜੀ ਪਿੰਡ ਜਿਹੜਾ ਹੈ ਭਾਮ ਦੀ ਰਹਿਣ ਵਾਲੀ ਬਲਵਿੰਦਰ ਕੌਰ ਦੇਵੀਧਾਰ ਅੰਮ੍ਰਿਤਪਾਲ ਦੀ ਨਾਲ ਜੁੜੀ ਹੋਈ। NIA ਦੀ ਰੇਡ ਆ ਸਾਨੂੰ ਘਰ ਆਉਣ ਤੇ ਪਤਾ ਲੱਗਾ, ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਨਾ ਪਹਿਲਾਂ, ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਉਹਨਾਂ ਨੇ ਉਹ ਕੀਤੀ ਹੈ ਜੀ। ਕਿੰਨੇ ਵਜੇ ਆਏ ਸੀ ਭਾਜੀ? ਇਹ ਤਕਰੀਬਨ ਕੋਈ 5-6 ਵਜੇ ਦੇ ਆਸ ਪਾਸ। ਕਿਹਨੇ ਪੁੱਛਿਆ ਬਾਹਰ ਦੀ ਦੋਸਤ ਦੀ ਟੀਮ? ਹਾਂਜੀ, ਜਦੋਂ ਮੈਂ ਬੰਦੇ ਜਾਣ ਪਛਾਣ 'ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ 'ਚ ਲੋਕਲ ਬੰਦੇ ਇੱਕ ਦੋ ਆਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲਿਆ। ਕੀ ਪੁੱਛਗਿੱਛ? ਪੁੱਛਗਿੱਛ ਮੇਰੇ ਤੋਂ ਕੋਈ ਨਹੀਂ ਕੀਤਾ, ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ 'ਚ ਘਰ ਦੀ ਤਲਾਸ਼ੀ ਵਗੈਰਾ ਕੀਤੀ ਆ, ਹੋਰ ਕੁਛ 2-3 ਫੋਨ ਆ ਜਿਹੜੇ ਆਪਣੇ ਉਹਨਾਂ ਨੇ ਸੀਜ਼ ਕਰਕੇ ਖੜੇ, ਇਸ ਤੋਂ ਇਲਾਵਾ ਕੁਛ ਨਹੀਂ। 3 ਫੋਨ ਲੈ ਗਏ ਆ? ਹਾਂਜੀ। ਕਿਹਦਾ ਕਿਹਦਾ ਫੋਨ ਲੈ ਗਏ? ਮੇਰਾ, ਵਾਈਫ ਦਾ ਤੇ ਬੇਟੇ ਦਾ। ਜਿਹੜਾ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਹੈਗੀ ਹੈ ਜੀ? ਬਿਲਕੁਲ, ਮੇਰੇ ਬ੍ਰਦਰ ਇਨ ਲਾ ਦਾ ਬ੍ਰਦਰ ਇਨ ਲਾ ਗੜੀ ਹੋ। ਅੱਛਾ ਜੀ। ਹਾਂਜੀ। ਇਹ ਕੀ ਲੱਗਦਾ ਉਸ ਵਜ੍ਹਾ ਕਰਕੇ ਰੇਟ ਹੋਈ? ਮੈਨੂੰ ਤੇ ਇਹੀ ਵਜ੍ਹਾ ਲੱਗਦੀ, ਕੋਈ ਹੋਰ ਵਜ੍ਹਾ ਤੇ ਹੈ ਨਹੀਂ। ਕਿੰਨਾ ਸਮਾਂ ਰੇਟ ਚੱਲੀ ਹੈ? ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲਓ ਵੀ 4-4.5 ਘੰਟੇ। ਸਾਢੇ ਚਾਰ ਘੰਟੇ? ਹਾਂਜੀ। ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਨੇ? ਕੋਈ ਪੁੱਛਗਿੱਛ ਨਹੀਂ ਕੀਤੀ। ਤਲਾਸ਼ੀ ਕਿੰਨੀ ਲਈ? ਤਲਾਸ਼ੀ ਸਾਰੇ ਘਰ ਦੇ ਲਈ। ਉਹਨਾਂ ਕੁਝ ਕਹਿ ਕੇ ਗਏ ਜਾਂ ਤੁਹਾਨੂੰ ਦੁਬਾਰਾ ਮਿਲਣ ਲਈ? ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ NIA ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ। ਧੰਨਵਾਦ।